ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਮੰਗਾਂ ਪ੍ਰਵਾਨ ਕੀਤੇ ਜਾਣ ਤੇ ਆਂਗਣਵਾੜੀ ਵਰਕਰਾਂ ਵੱਲੋਂ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਪ੍ਰਧਾਨ ਗੁਰਮੀਤ ਕੌਰ ਦੀ ਅਗਵਾਈ ਵਿੱਚ ਆਪਣੀ ਜਿੱਤ ਜ਼ਾਹਰ ਕਰਦੇ ਹੋਏ ਜਿੱਤ ਰੈਲੀ ਕੀਤੀ ਗਈ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਨੇ ਸ਼ਮੂਲੀਅਤ ਕੀਤੀ। 66 ਦਿਨਾਂ ਦੀ ਲੜਾਈ ਨੂੰ ਲੈ ਕੇ ਜਿਹੜੀ ਅੱਜ ਅਸੀਂ ਆਪਣੀ ਮੰਗ ਪੂਰੀ ਕਰਵਾਈ ਹੈ ਸਰਕਾਰ ਤੋਂ, ਉਹ ਅੱਜ ਸਾਡੀ ਜਿੱਤ ਰੈਲੀ ਹੈ। ਕਿਉਂਕਿ 27 ਤਰੀਕ ਨੂੰ ਮੋਹਾਲੀ ਸੀ, ਉੱਥੇ 3 ਜ਼ਿਲ੍ਹੇ ਸੀਗੇ, ਬਾਕੀ ਪੰਜਾਬ ਦੇ ਵਿੱਚ ਸਾਰੇ ਹੋ ਚੁੱਕੀ ਰੈਲੀ। ਅੱਜ ਸਾਡੇ ਜ਼ਿਲ੍ਹੇ ਦੇ ਵਿੱਚ ਹੀ ਜਿੱਤ ਰੈਲੀ ਅਸੀਂ ਕੀਤੀ ਹੋਈ ਹੈ, ਜਿਹਦੇ ਵਿੱਚ ਕਿ ਸਾਡੀ ਸੂਬਾ ਪ੍ਰਧਾਨ ਭੈਣ ਹਰਜੀਤ ਕੌਰ ਵੀ ਥੋੜ੍ਹੀ ਦੇਰ ਦੇ ਵਿੱਚ ਪਹੁੰਚਣ ਵਾਲੀ ਹੈ। ਅਸੀਂ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਹਾਂ ਕਿ ਜੋ ਪੰਜਾਬ ਸਰਕਾਰ ਨੇ ਬਿਆਨ ਲਾਇਆ ਕਿ ਇਹ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰ ਸਕਦੇ, ਉਹ ਸਾਡੇ ਵਾਸਤੇ ਬਹੁਤ ਵਧੀਆ ਬਿਆਨ ਹੈ। ਕਿਉਂਕਿ 4 ਸਾਲਾਂ ਦੇ ਵਿੱਚ ਅਸੀਂ ਲੜ ਕੇ ਕੱਚੇ ਮੁਲਾਜ਼ਮ ਵੀ ਇਸ ਸਰਕਾਰ ਤੋਂ ਹੀ ਬਣਾਂਗੇ। ਜੇ ਅਸੀਂ ਕੱਚੇ ਮੁਲਾਜ਼ਮ ਲਏ ਸਰ, ਉਹ ਸੰਘਰਸ਼ ਕਰਕੇ ਹੀ ਅਸੀਂ ਪੱਕੇ ਮੁਲਾਜ਼ਮ ਬਣ ਸਕਦੇ ਹਾਂ ਨਾ, ਉਸ ਤੋਂ ਪਹਿਲਾਂ ਤਾਂ ਸਾਨੂੰ ਕੋਈ ਮੁਲਾਜ਼ਮ ਮੰਨੂਗਾ ਹੀ ਨਹੀਂ ਪੱਕਾ। ਹਾਂਜੀ, ਸੰਘਰਸ਼ ਪੂਰਾ ਵਿੱਢਾਂਗੇ ਜੀ, ਜਿੰਨਾ ਹੋ ਸਕਿਆ ਸਭ ਤੋਂ ਵੱਧ ਤੋਂ ਵੱਧ।